ਬਹੁਤ ਬਹੁਤ ਸਵਾਗਤ ਹੈ ਦਰਸ਼ਕਾਂ ਦਾ, ਅਭਿਨੰਦਨ ਕਰ ਰਿਹਾ, ਦਰਸ਼ਕਾਂ ਦਾ ਸਤਿਕਾਰ ਕਰ ਰਿਹਾ, ਕਿਉਂਕਿ ਵਾਹਿਗੁਰੂ ਨੇ ਵੱਡੀ ਦਾਤ ਸਾਡੇ ਵੀਰ ਨੂੰ ਦਿੱਤੀ ਹੈ। ਇਹ ਲੋਕਾਂ ਦੇ ਪਿਆਰ ਕਰਕੇ ਹੀ ਹੈ। ਰਾਮਦਾਈ ਕਹਿੰਦਾ ਜੇ ਅੱਜ ਇਸ ਮੁਕਾਮ ਤੇ ਆਇਆ ਹੈ, ਇਹ ਸੰਗਤ ਦੇ ਪਿਆਰ ਕਰਕੇ ਹੀ ਆਇਆ ਹੈ, ਇਹਨਾਂ ਦੀਆਂ ਦੁਆਵਾਂ ਕਰਕੇ ਹੀ ਆਇਆ ਹੈ, ਜਿਹੜੇ ਸਾਡੇ ਲਈ ਦੁਆਵਾਂ ਕਰ ਰਹੇ ਹੈ, ਔਰ ਸਾਨੂੰ ਬੜਾ ਕੁਝ ਮਿਲਿਆ ਹੈ। ਵਾਹਿਗੁਰੂ ਨੇ ਤਰੱਕੀ ਬਖਸ਼ੀ ਹੈ। ਇਸ ਰੱਬ ਰੂਪੀ ਲੋਕਾਂ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਹੈ, ਕਿਉਂਕਿ ਦਰਸ਼ਕਾਂ ਦਾ ਜੇ ਪਿਆਰ ਮਿਲੇ ਬੰਦਾ ਜੋ ਚਾਹੇ ਕਰ ਸਕਦਾ ਏ। ਕਿ ਮਨਜੀਤ ਨਾਗਰਾ ਸੱਚ ਆਖੇ, ਰੱਬ ਲੋਕਾਂ ਦੇ ਵਿੱਚ ਵਸਦਾ ਏ। ਮਨਜੀਤ ਨਾਗਰਾ ਸੱਚ ਕਹੇ, ਰੱਬ ਲੋਕਾਂ ਦੇ ਵਿੱਚ ਵਸਦਾ ਏ। ਇਹ ਸੰਗਤ ਦੇ ਵਿੱਚ ਹੀ ਰੱਬ ਵਸਦਾ ਹੈ। ਲੈ ਵੀ ਬਾਈ, ਜਿੱਥੋਂ ਦੀ ਰਾਮ ਲੰਘਦਾ ਪਰ ਤਾੜੀਆਂ ਜ਼ਰੂਰ ਮਾਰਦੀ ਹੈ ਰਾਮ ਦੇ ਲਈ, ਕਿਉਂਕਿ ਉਹ ਮੁੰਡਿਆਂ ਨੂੰ ਪੁੱਛ ਕੇ ਵੇਖੋ ਜਿਹਨਾਂ ਦੀ ਜ਼ਿੰਦਗੀ ਰਾਮ ਨੇ ਸੁਧਾਰ ਦਿੱਤੀ ਹੈ। ਜਿਹੜੇ ਨੌਜਵਾਨਾਂ ਨੂੰ ਇਹਨੇ ਬਾਕਸਿੰਗ ਦੀ ਖੇਡ ਨਾਲ ਜੋੜਿਆ ਹੈ, ਤੇ ਜੋੜਿਆ ਵੀ ਨਹੀਂ, ਖੜਾ ਕੇ ਵੀ ਬੜੀ ਦੂਰ ਦੂਰ ਲੈ ਕੇ ਆਇਆ ਹੈ। ਕੋਈ ਸਟੇਟ ਦਾ ਚੈਂਪੀਅਨ, ਕੋਈ ਨੈਸ਼ਨਲ ਦਾ ਚੈਂਪੀਅਨ, ਕੋਈ ਵਿਦੇਸ਼ਾਂ ਦੇ ਵਿੱਚ ਖੇਡ ਆਇਆ ਹੈ, ਕਿਸੇ ਨੂੰ ਪਰਮਾਤਮਾ ਨੇ ਰੁਜ਼ਗਾਰ ਦੇ ਦਿੱਤਾ ਹੈ ਬਾਕਸਿੰਗ ਦੀ ਖੇਡ ਦੇ ਰਾਹੀਂ, ਤੇ ਬਹੁਤ ਸਾਰੇ ਘਰਾਂ ਦਾ ਚਿਰਾਗ ਜਿਹੜਾ, ਬਹੁਤ ਸਾਰੇ ਘਰਾਂ ਦਾ ਚੁੱਲ੍ਹਾ ਜਿਹੜਾ ਹੈ, ਉਹ ਰਾਮ ਬਾਕਸਰ ਦੀ ਮਿਹਨਤ ਦੀ ਬਦੌਲਤ ਚੱਲਿਆ ਹੈ। ਸਾਨੂੰ ਮਾਣ ਹੈ, ਸਾਨੂੰ ਫਖਰ ਹੈ ਪਬਲਿਕ ਕਾਲਜ ਸਮਾਣੇ ਨੂੰ, ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੁੱਚੇ ਸਪੋਰਟਸ ਡਿਪਾਰਟਮੈਂਟ ਨੂੰ ਮਾਣ ਹੈ, ਸਾਡੇ ਭਰਾ ਰਾਮ ਬਾਕਸਰ ਦੇ ਉੱਤੇ। ਉਧਰ ਸਾਡਾ ਆਲ ਇੰਡੀਆ ਇੰਟਰਵਰਸਿਟੀ ਦਾ ਚੈਂਪੀਅਨ ਬਾਕਸਰ ਪਲਵਿੰਦਰ ਸਿੰਘ, ਉਹ ਵੀ ਸਾਡਾ ਭਰਾ ਜਿਹੜਾ ਭਰਮੀ ਹਾਜ਼ਰੀ ਇਸ ਕਬੱਡੀ ਕੱਪ ਦੇ ਉੱਤੇ ਲਵਾ ਰਿਹਾ। ਲੈ ਵੀ ਪਲਵਿੰਦਰ ਵੀ ਕਹਿੰਦਾ ਵੀ ਰਾਮ ਨੇ ਸਾਡੇ ਲਈ ਜੋ ਕੁਝ ਕੀਤਾ ਹੈ ਉਹ ਸਾਡੇ ਦਿਲ ਨੂੰ ਪਤਾ, ਸਾਡੇ ਪਰਿਵਾਰਾਂ ਨੂੰ ਪਤਾ ਹੈ, ਜਾਂ ਸਾਡੇ ਰੱਬ ਨੂੰ ਪਤਾ ਹੈ। ਰਾਮ ਇੱਕ ਸੱਚਾ ਸੁੱਚਾ ਇਨਸਾਨ ਹੈ। ਪਰਮਾਤਮਾ ਮਿਹਰ ਕਰੇ ਸਾਡੇ ਭਰਾਵਾਂ 'ਤੇ ਕਿ ਸਾਡੀਆਂ 'ਤੇ ਸਦਾ ਦੁਆਵਾਂ ਨੇ, ਤੁਹਾਡੀ ਹਸਤੀ ਮਸਤੀ ਕਾਇਮ ਰਹੇ, ਤੁਹਾਡੀ ਹਸਤੀ ਮਸਤੀ ਕਾਇਮ ਰਹੇ। ਵੱਡਾ ਭਰਾ ਰਾਮ ਬਾਕਸਰ ਜੀ ਦਾ ਸਨਮਾਨ ਕੀਤਾ ਗਿਆ ਸਾਡੇ ਪ੍ਰਬੰਧਕ ਵੀਰਾਂ ਵੱਲੋਂ। ਉਧਰ ਅਮਰ ਮੁਕੰਦਪੁਰੀ ਆ ਸਾਡਾ ਵੀਰ, ਅਸੀਂ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ। ਲੈ ਵੀ ਰਾਮ ਬਾਈ, ਇਹ ਤਸਵੀਰਾਂ, ਉਹ ਵਾਹਿਗੁਰੂ ਦੀ ਕਿਰਪਾ, ਕਹਿੰਦੇ ਬਾਈ ਦਾ ਵੱਡਾ ਰਾਮ ਹੈ। ਲਓ ਅੱਜ ਪਿਆਰ ਸਤਿਕਾਰ ਬੋਲਣ ਦੀ, ਭਰਾਵਾਂ ਦੀ ਕਹਿੰਦੇ ਯਾਰੀ ਕਰਕੇ ਆਪਣੇ ਕੰਮਾਂ 'ਚ ਸਮਾਂ ਕੱਢ ਕੇ ਆਇਆ। ਲੈ ਵੀ ਬੈਟ ਬਾਲ ਵਾਲੀ ਟੀਮ, ਬੈਟ ਬਾਲ